ਨਸ਼ਿਆਂ ਦੇ ਆਦੀ ਇੱਕ ਨੌਜਵਾਨ ਦੇ ਵੱਲੋਂ ਆਪਣੇ ਪ੍ਰਾਈਵੇਟ ਪਾਰਟ ਤੇ ਨਸ਼ੇ ਦਾ ਟੀਕਾ ਲਗਾਇਆ ਗਿਆ ਜਿਸ ਦੇ ਨਾਲ ਉਸਦੀ ਮੌਤ ਹੋ ਗਈ। ਇਹ ਨੌਜਵਾਨ ਦੀ ਉਮਰ 22 ਸਾਲ ਦੀ ਸੀ, ਬਾਥਰੂਮ ਦੇ ਵਿੱਚ ਗਿਆ ਔਰ ਆਪਣੇ ਪ੍ਰਾਈਵੇਟ ਪਾਰਟ ਤੇ ਚਿੱਟੇ ਦਾ ਟੀਕਾ ਲਗਾ ਲਿਆ, ਥਾਂ ਇਸਦੀ ਜਾਨ ਨਿਕਲ ਗਈ। ਤਸਵੀਰਾਂ ਹਲਕਾ ਖੇਮ ਕਰਨ ਦੇ ਕਸਬਾ ਅਲਗੋ ਕੋਠੀ ਦੀਆਂ ਨੇ ਜਿੱਥੇ ਇੱਕ ਨੌਜਵਾਨ ਨੇ ਆਪਣੇ ਪ੍ਰਾਈਵੇਟ ਪਾਰਟ ਦੇ ਵਿੱਚ ਚਿੱਟੇ ਦਾ ਟੀਕਾ ਲਗਾ ਲਿਆ ਜਿਸ ਦੇ ਨਾਲ ਉਸਦੀ ਮੌਤ ਹੋ ਗਈ। ਬਾਥਰੂਮ ਦੇ ਵਿੱਚੋਂ ਸਿਰਿੰਜ ਅਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਇਹ ਨੌਜਵਾਨ ਨਸ਼ਿਆਂ ਦਾ ਆਦੀ ਸੀ। ਕਈ ਵਾਰ ਪਰਿਵਾਰ ਦੇ ਵੱਲੋਂ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਨਹੀਂ ਸਮਝਿਆ ਤਾਂ ਆਖਿਰਕਾਰ ਇਸਨੇ ਬਾਥਰੂਮ ਦੇ ਵਿੱਚ ਜਾ ਕੇ ਆਪਣੇ ਨਿੱਜੀ ਪਾਰਟ ਤੇ ਚਿੱਟੇ ਦਾ ਟੀਕਾ ਲਗਾ ਲਿਆ ਔਰ ਥਾਂ ਹੀ ਇਸਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਇਸ ਇਲਾਕੇ ਦੇ ਵਿੱਚ ਨਸ਼ਾ ਸ਼ਰੇ ਆਮ ਵਿਕਦਾ ਪਰ ਪੁਲਿਸ ਦੇ ਵੱਲੋਂ ਕੋਈ ਐਕਸ਼ਨ ਨਹੀਂ ਕੀਤਾ ਜਾਂਦਾ ਤਾਂ ਉਹਨਾਂ ਨੇ ਪੁਲਿਸ ਦੇ ਅੱਗੇ ਬੇਨਤੀ ਕੀਤੀ ਕਿ ਨਸ਼ੇ ਨੂੰ ਠੱਲ ਪਾਈ ਜਾਵੇ, ਨਸ਼ੇ ਦੇ ਸੁਦਾਗਰਾਂ ਨੂੰ ਕਾਬੂ ਕਰਕੇ ਸਬਕ ਸਿਖਾਇਆ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਦਾ ਘਰ ਨਾ ਉਜੜੇ। ਤਾਂ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਪੜਤਾਲ ਆਰੰਭ ਕੀਤੀ ਗਈ। ਇਹ ਨਸ਼ੇ ਕਰਕੇ ਹੋਈ ਹੈ ਜੀ। ਇਹ ਨਸ਼ਾ ਕਦੋਂ ਦਾ ਕਰਨ ਡਿਆ ਸੀ, ਕਿੰਨੇ ਚਿਰ ਦਾ ਕਰਦਾ ਹੈ ਜੀ? ਸਾਨੂੰ ਤਾਂ ਸਾਲ ਤੋਂ ਹੀ ਪਤਾ ਲੱਗਾ ਸੀ। ਕਿਹੜੀ ਚੀਜ਼ ਦਾ ਨਸ਼ਾ ਕਰਦਾ ਹੈ? ਇਹ ਟੀਕੇ ਲਾਉਂਦਾ ਸੀ ਜੀ। ਸਮੈਕ ਦਾ ਨਸ਼ਾ ਕਰਦਾ ਜੀ? ਹਾਂਜੀ। ਅਤੇ ਤੁਹਾਡੇ ਅੱਡੇ 'ਚ ਕੋਈ ਪੁਲਿਸ ਨਹੀਂ ਕਾਰਵਾਈ ਕਰਨ ਡਈ? ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਥੇ ਜੀ। ਕਿੰਨਾ ਨਸ਼ਾ ਸਾਡੇ ਚੌਂਕ 'ਚ ਵਿਕਦਾ? ਕਿੰਨਾ ਕੁ ਨਸ਼ਾ ਵਿਕਦਾ ਅੰਗੂਠੀ? ਅਲਗੋ ਕੋਠੀ ਬਹੁਤ ਨਸ਼ਾ ਵਿਕਦਾ ਜੀ। 3-4 ਮੂਤਾਂ ਅੱਗੇ ਹੋ ਚੁੱਕੀਆਂ ਨੌਜਵਾਨ। ਬਾਕੀ ਪੁਲਿਸ ਕੋਈ ਨਹੀਂ ਕਾਰਵਾਈ ਕਰ ਰਹੀ? ਹਾਂਜੀ। ਟੀਕਾ ਕਰਕੇ ਸਮੈਕ ਨਸ਼ਾ ਕਰਦਾ ਸੀ, ਟੀਕਾ ਲੱਗ ਗਿਆ। ਟੀਕਾ ਲੱਗ ਗਿਆ ਅਤੇ ਨਸ਼ਾ ਅਲਗੋ ਕੋਠੀ ਕਿੰਨਾ ਵਿਕ ਰਿਹਾ? ਬਹੁਤ ਜ਼ਿਆਦਾ ਵਿਕ ਰਿਹਾ ਜੀ, ਸ਼ਰੇਆਮ ਵਿਕ ਰਿਹਾ ਜੀ। ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ? ਕੋਈ ਕਾਰਵਾਈ ਨਹੀਂ ਕਰ ਰਹੀ। ਇਹ ਨਸ਼ਾ ਕਿੰਨੇ ਚਿਰ ਤੋਂ ਕਰ ਰਿਹਾ ਸੀ? ਇਹਨੂੰ ਤਕਰੀਬਨ ਸਾਲ ਹੀ ਹੋਇਆ, ਸਾਨੂੰ ਸਾਲ ਦਾ ਬਾਅਦ ਪਹਿਲਾਂ ਕਰਦਾ ਰਿਹਾ ਸੀ ਪਰ ਸਾਨੂੰ ਹੁਣ ਲੱਗਿਆ ਪਤਾ ਸਾਲ ਕੁ ਹੋ ਗਿਆ। ਹੁਣ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਜੀ? ਮੰਗ ਇਹ ਵੀ ਨਸ਼ਾ ਬੰਦ ਕੀਤਾ ਜਾਵੇ, ਸਾਡਾ ਤਾਂ ਚਲੇ ਗਿਆ ਗਾਂਹ ਹੋਰ ਨਾ ਕੋਈ ਜਾਵੇ। ਨਹੀਂ, ਹਜੇ ਤੱਕ ਤਾਂ ਮੈਂ ਚੌਂਕੀ ਤੋਂ ਵੀ ਪਤਾ ਕੀਤਾ ਅਤੇ ਥਾਣੇ ਤੋਂ ਵੀ ਪਤਾ ਕੀਤਾ, ਕੋਈ ਅਜਿਹੀ ਇਨਫੋਰਮੇਸ਼ਨ ਨਹੀਂ ਜਿਹੜੀ ਸਾਨੂੰ ਪ੍ਰਾਪਤ ਹੋਈ। ਤੁਸੀਂ ਦੱਸਿਆ ਇਹਦੇ ਮਤਲਬ, ਮੈਂ ਜਿਹੜੀ ਕੰਸਰਨ ਪੁਲਿਸ ਅਥਾਰਟੀਜ਼ ਦੀ ਡਿਊਟੀ ਲਾ ਕੇ ਅਤੇ ਇਹਦੀ ਤਸਦੀਕ ਅਤੇ ਕਾਰਵਾਈ ਅਸੀਂ ਕਰਵਾ। ਸਰ, ਪਰਿਵਾਰ ਕਹਿੰਦਾ ਨਜ਼ਰ ਆ ਰਿਹਾ ਕਿ ਮਤਲਬ ਕਿ ਸਾਡੇ ਅਲਗੋ ਕੋਠੀ 'ਚ ਸ਼ਰੇਆਮ ਨਸ਼ਾ ਵਿਕਦਾ, ਸਰ ਕੋਈ ਨੱਥ ਮਾਰਨ ਲਈ ਕੋਈ ਗਾਂ ਤੁਹਾਡੇ ਵੱਲ ਕੋਈ ਕਦਮ? ਦੇਖੋ, ਸਬ ਡਿਵੀਜ਼ਨ ਭਿੱਖੀ ਪਿੰਡ ਦੇ ਵਿੱਚ ਕੁਆਂਟਲਾਂ ਦੇ ਹਿਸਾਬ ਨਾਲ ਅਸੀਂ ਜਿਹੜੀ ਹਿਰਨ ਰਿਕਵਰ ਕਰ ਚੁੱਕੇ ਹਾਂ। ਮੇਰੀ ਕੋਈ ਇੱਦਾਂ ਦੀ ਗੱਲ ਧਿਆਨ ਦੇ ਵਿੱਚ ਨਹੀਂ ਲਿਆਈ। ਬੇਸਿਕਲੀ ਹੁੰਦਾ ਕੀ ਹੈ ਵੀ ਜਿਹੜੀ ਨਸ਼ਾ ਛਡਾਊ ਕੇਂਦਰ ਤੋਂ ਗੋਲੀ ਮਿਲਦੀ ਹੈ, ਕਈ ਵਾਰੀ ਉਹ ਜਿਹੜੇ ਨਸ਼ਾ ਛੱਡਣ ਦੇ ਰੂਪ ਦੇ ਵਿੱਚ ਗੋਲੀ ਲੈਂਦੇ ਨੇ, ਉਹਨੂੰ ਘੋਲ ਕੇ ਟੀਕੇ ਦੇ ਰੂਪ 'ਚ ਲਾ ਲੈਂਦੇ ਆ, ਜਿਸ ਕਾਰਨ ਕਰਕੇ ਜਿਹੜੀਆਂ ਕਈ ਮੌਤਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ। ਸੋ ਇਹਦੇ ਤੱਕ ਇਹਦੀ ਕੋਈ ਸਾਨੂੰ ਇਨਫੋਰਮੇਸ਼ਨ ਤਾਂ ਨਹੀਂ ਮਿਲੀ, ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹਦੇ ਮੁਤਾਬਕ ਅਸੀਂ ਨਿਯਮ ਮੁਤਾਬਕ ਕਾਰਵਾਈ ਕਰਾਂਗੇ। ਜੇਕਰ ਪਰਿਵਾਰ ਬਿਆਨ ਦਰਜ ਕਰੋ। ਬਿਲਕੁਲ ਜੀ, ਬਿਲਕੁਲ।